ਸ਼ਾਵਣੀ ਘਾਹ ਵੱਢਣਾ ਉਹ ਸਾਹਿਬ ਨੇ ਮੈਨੂੰ ਸੱਦ ਲਿਆ ਸਾਹਿਬ ਆਂਦਾ ਇਹਨੂੰ ਫੜ ਕੇ ਲਿਆ ਹੋਣਾ ਘਾਹ ਕਿੱਥੋਂ ਵੱਢਦਾ ਪਿਆ ਮੈਂ ਕਿਹਾ ਮੈਨੂੰ ਆਂਦਾ ਕੀ ਕੀ ਰੱਖੇ ਮੈਂ ਅੱਜ ਮੈਂ ਇੱਕ ਗਾਂ ਰੱਖੀ ਦੀ ਆਂਦਾ ਕਿਸੇ ਕੋਲ ਪੁੱਛਿਆ ਮੈਂ ਸਾਹਿਬ ਜੀ ਪੁੱਛਿਆ ਤੇ ਕੋਈ ਘਾਹ ਲੱਭਿਆ ਤੇ ਵੱਢਣ ਲੱਗ ਪਿਆ ਉਹਨੇ ਕਿਹਾ ਕੀ ਕੰਮ ਕਰਨਾ ਮੈਂ ਸਾਹਿਬ ਜੀ ਮੈਂ ਰਾਜਾਂ ਦਾ ਕੰਮ ਕਰਨਾ 225 ਰੁਪਿਆ ਦਿਹਾੜੀ ਸੀ ਮੈਂ ਸਾਹਿਬ ਜੀ ਮੈਂ ਰਾਜਾਂ ਦਾ ਕੰਮ ਕਰਨਾ ਆਂਦਾ ਯਾਰ ਸਾਨੂੰ ਇਹ ਤੋੜ ਜਾਂ ਕੰਧ ਦੇ ਤੇ ਇਹ ਸਾਨੂੰ ਕੰਧ ਬਣਾ ਦੇ ਹਾਂ ਤੇ ਸਾਡੇ ਜਵਾਨ ਵਿਹਲੇ ਨੇ ਤੇ ਤੂੰ ਇਸ ਤਰ੍ਹਾਂ ਕਰ ਇਹ ਕੰਧ ਬਣਾ ਦੇ ਮੈਂ ਵੀ ਜਿਹੜੇ ਸੋਚਿਆ ਮੈਂ ਕਿਹਾ 10-12 ਦਿਨਾਂ ਦਾ ਕੰਮ ਏ ਮੈਂ ਵੀ ਸੋਚਿਆ 10-12 ਦਿਨਾਂ ਦਾ ਕੰਮ ਏ ਨਾਲੇ ਤੇ ਤੂੰ ਵੱਡਾ ਗਾ ਘਾਹ ਤੇ ਨਾਲੇ ਇੱਥੇ ਰਮਾਨ ਦੇ ਨਾਲ ਕੰਮ ਕਰ ਜਾਰੀ ਉਹਨਾਂ ਆਖਿਆ ਠੀਕ ਸਾਹਿਬ ਨੇ ਸਵੇਰੇ ਉਹ ਰਾਤ ਕੇ ਰਹਿਣਾ ਟਰੈਲੀ ਦੋ ਘਾਰਾ ਭਿਉਂ ਛੜਿਆ ਸੀ ਸਾਹਿਬ ਨੇ ਸਵੇਰੇ ਸਾਹਿਬ ਨੇ 4 ਫੌਜੀ ਭੇਜੇ ਉਹਨੇ ਆਖਿਆ ਜਾਓ ਮਿਸਤਰੀ ਦੇ ਨਾਲ ਲੱਗ ਜਾਓ ਆਏ ਨੇ ਦੋ ਡੈਪ ਨੇ ਗਾਰੇ ਤੇ ਤੂੰ ਨੇ ਝੋਲੀ ਜੀ ਇੱਟਾਂ ਦੀ ਭਰ ਕੇ ਨਾ ਬੋਰਾ ਜਿਹਾ ਤੇ ਕੋਲ ਧਰ ਲੈਣਾ ਯਕੀਨ ਕਰ ਲੈ ਇੱਕ ਨੇ ਫੜਾਣਾ ਮੈਂ ਉਹ ਮੂੰਹ ਕਰਨਾ ਉਹਨੇ ਟੱਗੇ ਮੇਰੇ ਉਹ ਮੂੰਹ ਕਰਨਾ ਟੱਗੇ ਮੇਰੇ ਯਾਰ ਲਾ ਜਿਹੜੇ ਸਿਰ ਕੱਟ ਕੇ ਖੜੇ ਉਹ ਵੀ ਉੱਥੇ ਹੀ ਪੇ ਰਹੇ ਨੇ ਜੇ ਉਹ ਤੱਕਣਾ ਲੈ ਲੈ ਆਉਂ ਤੱਕਣਾ ਲੈ ਮੈਂ ਯਾ ਮੇਰੇ ਮੋਲਾ ਤੋ ਅੱਗੇ ਹੱਥ ਨਾਲ ਗਾਰਾ ਖਿਲਾਰਨਾ ਤੇ ਗਾਰਾ ਵੀ ਨੀ ਮੈਨੂੰ ਖਿਲਾਰਨਾ ਪਿਆ ਸਿਰ ਮੈਨੂੰ ਆਹਦਾ ਟਿੱਟ ਤੇ ਹੱਥ ਚੋਂ ਲੰਘਣੀ ਚਾਹੀਦੀ ਹੈ ਮੈਂ ਜਿਸਲੇ 12 ਵਜੇ ਚੋਰੀ ਮੈਨੂੰ ਨੀ ਰਹੀ ਹੋ ਜਾਣਾ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਜਾਣਾ ਮੇਰੀ ਧੋਣੀ ਅੱਜ ਕਰਕੇ ਮੈਂ ਯਾਦ ਲਾ ਜਿਹੜੇ ਵਜੇ 12 ਕਹਿੰਦੇ ਨੇ ਅੱਛਾ ਜੀ ਕੋਈ ਗਲਤੀ ਗੁਲਤੀ ਹੋਈ ਉਹ ਚਾਰੇ ਕਹਿੰਦੇ ਨੇ ਜੇ ਕੋਈ ਮਿਸਤਾਬ ਗਲਤੀ ਗੁਲਤੀ ਹੋਈ ਤੇ ਸਾਨੂੰ ਮਾਫ਼ ਕਰ ਦੇਈ ਤੇ ਮਾਸ਼ਾਅੱਲਾ ਸਾਡੀ ਡਿਪਟੀ ਮੁੱਕ ਗਈ ਹੈ ਰੋਟੀ ਖਾਧੀ ਰੋਟੀ ਤੂੰ ਖਾਧੀ ਮੈਂ ਯਾਦ ਲੈ ਕੀ ਹੋ ਲਿਆ ਹੋਇਆ ਵੀਰੋ ਦੁਕਾਨ ਦੀ ਅੱਛਾ ਬਾਬਾ ਦੀ ਗੱਲ ਸੁਣ ਉਹ ਜਨਾਬ ਉਹ ਚਾਹ ਪੀ ਲੋ ਪਹਿਲਾਂ ਉਹਨੇ ਕੀ ਕੰਮ ਕੀਤਾ ਆ ਬਹਿ ਜਾ ਚਾਹ ਤੇ ਪੀ ਲੋ ਖੈਰ ਗੱਲ ਲੈ ਕੇ ਸੁਣ ਮੈਂ ਤੈਨੂੰ ਗੱਲ ਸੁਣਾ ਲੈ ਤੁਸੀਂ ਕੰਮ ਬੜਾ ਕਰਦੇ ਹੋ ਉਹ ਜਨਾਬ ਮੇਰੀ ਧੌਣ ਨਾ ਸਿੱਧੀ ਹੋਏ ਮੈਨੂੰ ਆਂਦੇ ਨੇ ਲੰਗਰ ਤੋਂ ਰੋਟੀ ਲਿਆਂਦੀ ਏ ਚਾਹ ਬਾਬਾ ਪੀਤੀ ਮੈਂ ਯਾਰ ਚਾਹ ਪੀ ਲਈ ਮੈਂ ਜਿੰਨੀ ਪੀਣੀ ਸੀ ਅਸੀਂ ਰੋਟੀ ਖਾ ਲੈ ਮੈਂ ਕਿਹਾ ਯਾਰ ਲਾ ਤੂੰ ਮੈਂ ਹੱਥ ਧੋਤੇ ਦੋ ਤਰੇ ਬੁਰਕੀਆਂ ਲਾਈਆਂ ਨੇ ਉਹ ਗਏ ਨੇ ਉਧਰ ਦੁਪਹਿਰ ਦਾ ਟਾਈਮ ਗਰਮੀ ਦੇ ਦਿਹਾੜੇ ਸਨ ਵੇਖਿਆ ਤੇ ਉਹ ਚਾਰ ਟੁੱਟਦੇ ਚਾਰ ਹੋਰ ਤੇ ਆਣ ਮੈਂ ਖੈਰ ਹੋਵੇ ਜੀ ਆ ਚਾਰ ਹੋਣ ਜੇ ਲਾਲ ਆਉਂਦੇ ਨੇ ਤੇ ਫਿਰ ਕਰੇ ਕੀ ਕਰਦੇ ਨੇ ਹੁਣ ਸਲਾਮ ਅਲੈਕਮ ਮੈਂ ਵਾਲੈਕਮ ਸਲਾਮ ਖਾ ਲਈਏ ਰੋਟੀ ਯਾਰ ਖਾ ਹੀ ਲਈ ਇਹ ਸ਼ੁਰੂ ਉਹਨੇ ਆਖਿਆ ਚਲੋ ਗਾਰਾ ਕਰ ਸਿੱਧਾ ਚਲੋ ਬਾਬਾ ਜੀ ਉੱਠ ਪਵੋ ਲੋ ਜੀ 5 ਵਜੇ ਸਾਰੀ ਉਹਨਾਂ ਮੇਰੇ ਕੋਲ ਦੁਆਰ ਲਵਾ ਛੜੀ ਮੈਨੂੰ ਨਾ ਪਤਾ ਲੱਗੇ ਮੈਂ ਜਾਣਾ ਕਿੱਧਰ ਨੂੰ ਐ ਭੈੜੇ ਲਾ ਤੇ ਮੰਦੇ ਦਿਹਾੜੇ ਧੌਣ ਮੇਰੀ ਇੱਥੇ ਹੋ ਇੱਕ ਪਿੱਛੋਂ ਆਇਆ ਉਹਨੇ 225 ਰੁਪਿਆ ਫੜਿਆ ਤਾਂ ਉਹਨੇ ਕਿਹਾ ਇਹ ਤੁਹਾਡੀ ਦਿਹਾੜੀ ਹੈ ਜੀ ਮੈਂ ਕਿਹਾ ਯਾਰ ਰਹਿਣ ਦੇਣੀ ਸੀ ਤੂੰ ਕੀ ਕਰਨਾ ਦਿਹਾੜੀ ਨੂੰ ਮੈਂ ਫਾਹ ਲਾਣਾ ਮੈਂ ਕਿਹਾ ਮੇਰੇ ਕੋਲ ਤੁਰੇ ਨੀ ਜਾਂਦਾ ਪਿਆ ਮੈਂ ਬਾਬਾ ਜੀ ਧੌਣ ਇੰਜ ਕਰੋ ਮੈਂ ਯਾਰ ਜੀ ਮੇਰੇ ਤੇ ਖਾਧੀਆਂ ਤੂੰ ਹੱਥੇਕ ਛੜੀਆਂ ਨੇ ਦੋਲੀਓ ਭੈਣ ਚੋ ਮਾਰ ਮਾਰ ਇੱਟਾਂ ਗੱਲਾਂ ਕੇ ਮੈਂ ਕਿਹਾ ਤੂੰ ਇੱਧਰ ਤੱਕਾਂ ਦੇ ਅੱਗੇ ਇੱਟ ਇੱਧਰ ਤੱਕਾਂ ਦੇ ਅੱਗੇ ਇੱਟ ਸਾਹ ਤੇ ਤੁਸੀਂ ਕੱਢਣ ਦਿੱਤਾ ਹੀ ਕਹਿੰਦਾ ਘਾਹ ਵੱਢ ਲੈ ਮੈਂ ਹੁਣ ਮੈਂ ਸਾਰੀ ਜ਼ਿੰਦਗੀ ਇੱਧਰ ਹੀ ਲਗਾ ਘਾਹ ਵੱਢਣ ਆਇਆ ਘਰ ਭਰਾ 3 ਦਿਨ ਗਰਮ ਤੇਲ ਕਰ ਕਰਕੇ ਕਦੇ ਧੋਣ ਤੇ ਇੱਧਰ ਲਾ ਕਦੇ ਇੱਧਰ ਲਾ ਮਸਾ ਧੋਣ ਸਿੱਧੀ ਕੀਤੀ ਤੂੰ ਆਦਾ ਹੋ ਗਿਆ ਦਿਨ ਮੇਰੇ 12 ਘੰਟੇ ਲੱਗ ਜਾਣੇ ਨੇ ਆਹੋ ਤੇ ਦੇਖੋ ਸਾਡੀ ਇਹ ਫੌਜ ਦਾ ਹਾਲ ਹੈ ਅੱਜ ਗੋਰਾ ਕਰਦਾ ਵਾ ਫਲਸਤੀਨੀ ਅੱਜ ਕਰ ਸਕਦੇ ਨੇ ਤੋਬਾ 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 ਹੁਣ ਉੱਥੇ ਬਹਿ ਕੇ ਉਹ ਸੋਦੀ ਰਹੇ ਇੱਕ ਦਿਨ ਗੰਨ ਪੇ ਸਿੱਧੀ ਕਰਨ ਤੋਂ ਮੈਂ ਕੋਲ ਕੰਮ ਲੱਗਾ ਤੇ ਪੈਪਸੀ ਪੀਣ ਦੇ ਵਿੱਚ ਜਾ ਵੜਨ ਤੇ ਮੈਂ ਪੁੱਛਿਆ ਆਂਦੇ ਨੇ ਗੰਨ ਸਿੱਧੀ ਤੇ ਕਰਨਿਆ ਤੇ ਮੈਂ ਜੇ ਫੈਰ ਹੀ ਕਰਨਾ ਪੈ ਗਏ ਅੱਲਾ ਮਾਫੀ ਦੇ ਤੁਹਾਡੇ ਉੱਤੇ ਹੀ ਕੋਈ ਚੜ ਜੇ ਗੰਨ ਹੀ ਪੂਰੀ ਦਿਹਾੜੀ ਸਿੱਧੀ ਨਹੀਂ ਹੋਈ ਸਾਡੀ ਮਾਸ਼ਾਅੱਲਾ ਜਵਾਨ ਬੜੇ ਤਗੜੇ ਨੇ ਸਾਰਾ ਕੁਝ ਠੀਕ ਹੈ ਇਹਨਾਂ ਦਾ ਤੁਹਾਨੂੰ ਦੱਸ ਦਿਆ ਕਿ 5 ਦਿਨ ਮੈਂ ਲਾਣੇ ਆ ਜੇ ਉਹਨਾਂ ਕਦੇ ਨਹੀਂ ਕੰਮ ਕਵਾ ਲਿਆ ਮੇਰਾ ਤੇ ਅਸੀਂ ਘਾਹ ਪਿਆ ਵੱਡਾਂਗਾ ਤੇ ਦਿਨ ਮੇਰੇ 10-12 ਲੱਗ ਜਾਣੇ ਤੇ ਮੈਨੂੰ ਕੀ ਪਤਾ ਤੇ ਤੂਫਾਨ ਕਿਹੜਾ ਉੱਠਣਾ ਓਏ ਆਹੋ ਮੈਂ ਤੇ ਇਹ ਸੋਚਿਆ ਹੁਣ ਆਖਿਆ ਬਾਬਾ ਜੀ ਜਾਣਾ ਨਾ ਪਾਇਆ।